ਵੱਡੀ ਖਬਰ ਦੇ ਵੱਲ ਰੁਕ ਕਰਦੇ ਹਾਂ ਜੋ ਕਿ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਹੈ। ਆਮ ਆਦਮੀ ਪਾਰਟੀ ਵੱਲੋਂ ਇੱਕ ਇੱਕ ਕਰਕੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਆਪ ਵੱਲੋਂ ਬਠਿੰਡਾ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ, ਜਿਨ੍ਹਾਂ ਵੱਲੋਂ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦਿੱਤੀ ਜਾਵੇਗੀ। ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਸੀਟਾਂ ਦੇ ਲਈ ਹੌਲੀ ਹੌਲੀ ਆਪਣੇ ਪੱਤੇ ਖੋਲ੍ਹੇ ਜਾ ਰਹੇ ਨੇ ਅਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਲੋਕ ਸਭਾ ਸੀਟ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਨੇ ਨਵ ਵਿਆਹੀ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ। ਕਾਬਲੇ ਜ਼ਿਕਰ ਹੈ ਕਿ ਬਲਜਿੰਦਰ ਕੌਰ ਦਾ ਮੁਕਾਬਲਾ ਪਾਰਟੀ ਦੇ ਪੁਰਾਣੇ ਸਾਥੀ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨਾਲ ਹੋਵੇਗਾ, ਜਦਕਿ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਹਾਲੇ ਆਪਣੇ ਬਠਿੰਡਾ ਤੋਂ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ। ਬਲਜਿੰਦਰ ਕੌਰ ਤਲਵੰਡੀ ਸਾਬੋ ਤੋਂ ਵਿਧਾਇਕ ਨੇ। ਦੱਸਦੇ ਕਿ ਸਾਲ 2017 ਦੇ ਵਿੱਚ ਵੀ ਪ੍ਰੋਫੈਸਰ ਬਲਜਿੰਦਰ ਕੌਰ ਨੇ ਜਿੱਤ ਹਾਸਲ ਕੀਤੀ ਸੀ ਅਤੇ ਬਠਿੰਡਾ ਸੀਟ ਤੋਂ ਹੁਣ ਮੁਕਾਬਲਾ ਬਹੁਤ ਫਸਮਾ ਹੈ ਅਤੇ ਦੇਖਣਾ ਹੋਵੇਗਾ ਕਿ ਕਿਸ ਦੀ ਝੋਲੀ ਦੇ ਵਿੱਚ ਬਠਿੰਡਾ ਦੀ ਇਹ ਸੀਟ ਜਾਂਦੀ ਹੈ। ਬਲਜਿੰਦਰ ਕੌਰ ਜਿਹੜੇ ਸਾਡੇ MLA ਨੇਗੇ ਤਲਵੰਡੀ ਸਾਬੋ ਤੋਂ, ਬੜੇ ਇਮਾਨਦਾਰ ਨੇਗੇ, ਬੜੇ ਅੱਛੇ ਤਰੀਕੇ ਨਾਲ ਪਰਫੋਰਮੈਂਸ ਆ ਪੰਜਾਬ ਦੀ ਅਸੈਂਬਲੀ ਦੇ ਵਿੱਚ, ਵਿਧਾਨ ਸਭਾ ਦੇ ਵਿੱਚ, ਅਤੇ ਡਿਸਾਈਡ ਕੀਤਾ ਆਮ ਆਦਮੀ ਪਾਰਟੀ ਨੇ ਬਲਜਿੰਦਰ ਕੌਰ ਨੂੰ ਮੈਦਾਨ 'ਚ ਉਤਾਰਨ ਦਾ ਔਰ ਬੜਾ ਅੱਛੇ ਰਿਜ਼ਲਟ ਦੀ ਉਮੀਦ ਹੈ ਸਾਨੂੰ। ਖਹਿਰਾ ਸਾਹਿਬ ਦੀ ਤਾਂ ਆਦਤ ਬਣੀ ਹੈ ਹਰੇਕ ਬੰਦੇ ਦੋਸ਼ ਲਾਉਣ ਦਾ, ਤਾਂ ਹਰ ਕੋਈ ਵੀ ਗੱਲ ਜਦੋਂ ਆਮ ਆਦਮੀ ਪਾਰਟੀ ਕਰਦੀ ਹੈ ਉਹਦੇ ਦੋਸ਼ ਲਾਉਂਦਾ ਗਾ, ਕਿਉਂਕਿ ਖਹਿਰਾ ਸਾਹਿਬ ਨੂੰ ਕੰਮ ਮਿਲਿਆ ਹੋਇਆ ਆਮ ਆਦਮੀ ਪਾਰਟੀ ਨੂੰ ਤੋੜਨ ਦਾ। ਉਹਦਾ ਕੰਮ ਇਹੀ ਕਾਰਨ ਹੈ ਕਿ ਬਠਿੰਡੇ ਤੋਂ ਆ ਕੇ ਇਲੈਕਸ਼ਨ ਲੜ ਰਹੇ ਨੇਗੇ, ਉਹ ਆਪ ਆ ਕੇ ਇੱਥੋਂ ਇਲੈਕਸ਼ਨ ਲੜਨ ਦਾ ਮਤਲਬ ਹੈ ਜਿਹੜਾ ਹੈਗਾ ਕਿ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣਾ ਚਾਹੁੰਦੇ ਨੇ।